नमस्कार प्रोग्राम तारे आखते दे वेख रहे साडे सारे ही दर्शकों का बहुत बहुत स्वागत है। आओ पहला कुछ दृश्य दिखाने एशियन क्लब दी कुछ मीटिंग साडे दफ्तर दे विच होईयां। साडी इह समाज सेवी संस्था दे द्वारा असी नेत्रहीन हैंडीकैप्ड या फिर डेफ एंड डम बच्चे ते गरीब बच्चों के लिए ते होनहार बच्चों के लिए कल्चर ते संस्कृतिक समारोह करवाने हैं। जिहड़े भी इहदे मैंबर्स बनना चाहते हैं सानू कॉन्टैक्ट कर सकते हैं। आओ असी विषय नूं अगे वधाउंदे हां जी। गल करदे हां कि प्रेम विवाह अजकल दे युग दे विच बहुत ज्यादा हो रहे हैं, प्रेम संबंध बहुत तेजी नाल वध रहे हैं, जिस दे माध्यम दे नाल विआह भी संपन्न हो रहे हैं। सो इन्हां गल्लां नूं ध्यान च रख के असी जिहड़े मूल अंक दे मुताबिक प्रेम संबंधां दे उत्ते विचार कर रहे हैं। मूल अंक एक दे लई जिहड़ा है चार या अठ दे नाल प्रभावित स्त्री पुरुष चंगे जीवन साथी साबित हो सकते हैं। सो मूल अंक इस मूल अंक वाले स्त्री पुरुष दे नाल बंदे दे जे प्रेम हो जांदा तां उहदा सफलता प्राप्त कीती जा सकदी, यानी कि विआह हो सकदा है। नाल सफलता प्राप्ति तो अलावा जिहड़ा जिन्हां दा जन्म जिहड़ा है किसी भी महीने की 1, 4, 8, 10, 13, 17, 19, 22, 26, 28, 31 तरीकों नाल होया वह सारे ही स्त्री पुरुष मूल अंक एक वाले नाल विआह करवा सकते हैं। मूल अंक दो वालों के लिए जिहड़ा है 2, 7, 9 दे नाल प्रभावित महिलावां या पुरुष अच्छे जीवन साथी साबित हो सकते हैं। इसलिए इन्हां मूल अंक वाले स्त्री पुरुषों का भी आपस दे विच जे प्रेम हो जाता है तो ऐसे जातक नूं विआह दे विच सफलता हासिल हो सकती है। सो जिन्हों का जन्म किसी भी महीने की 2, 7, 9, 11, 16, 18, 20, 25, 27, 29 तरीकों नूं होया ऐसे स्त्री पुरुष दा जे प्रेम हुंदा है ਤਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਬਹੁਤ ਸਹਾਇਕ ਹੋ ਸਕਦੇ ਆ ਤਾਂ ਉਹਨਾਂ ਦਾ ਜਿਹੜਾ ਹੈ ਆਪਸ ਦੇ ਵਿੱਚ ਬਹੁਤ ਵਧੀਆ ਜੀਵਨ ਸਾਥੀ ਦੇ ਤੌਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਅੱਛੇ ਰਿਲੇਸ਼ਨਸ ਕਾਇਮ ਹੋ ਸਕਦੇ ਆ। ਲੇਕਿਨ ਇੱਕ ਚੀਜ਼ ਅਸੀਂ ਜ਼ਰੂਰ ਕਹਾਂਗੇ ਸਾਡੀ ਯੰਗ ਜਨਰੇਸ਼ਨ ਨੂੰ ਕਿ ਜਿੰਨੇ ਵੀ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਜਿੰਨੇ ਵੀ ਬੱਚੇ ਕਾਲਜਿਸ 'ਚ ਪੜ੍ਹਦੇ ਨੇ, ਬੱਚਿਓ ਤੁਹਾਡੀ ਉਮਰ ਜਿਹੜੀ ਹੈ ਹਜੇ ਪੜ੍ਹਾਈ ਦੀ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪੜ੍ਹਾਈ ਨੂੰ ਦੇਖੋ, ਕਿਉਂਕਿ ਜਿੰਨੇ ਵੀ ਟੀਵੀ ਸਾਡੇ, ਜਿੰਨੇ ਵੀ ਸਾਡੇ ਫਿਲਮਾਂ ਹੈ ਉਹਨਾਂ ਤੋਂ ਪ੍ਰੇਰਿਤ ਹੋ ਕੇ ਪਿਆਰ ਦੇ ਪਿੱਛੇ ਨਾ ਭੱਜੋ। ਆਪਣੇ ਮਾਂ ਪਿਓ ਦੇ ਨਾਲ ਪਿਆਰ ਕਰੋ, ਆਪਣੇ ਭੈਣ ਭਰਾਵਾਂ ਦੇ ਨਾਲ ਪਿਆਰ ਕਰੋ, ਉਹਨਾਂ ਦਾ ਸਤਿਕਾਰ ਕਰੋ ਤੇ ਆਪਣੇ ਧਰਤੀ ਨੂੰ ਪਿਆਰ ਕਰੋ, ਰੁੱਖ ਲਗਾਓ ਤੁਸੀਂ, ਪਸ਼ੂ ਪਕਸ਼ੀਆਂ ਦੇ ਨਾਲ ਪਿਆਰ ਕਰੋ। ਸ਼ਫਤਾਲੂ ਫਲ ਦਾ ਪ੍ਰਯੋਗ ਕਰਨ ਦੇ ਨਾਲ ਬ੍ਰੌਂਕਾਈਟਸ, ਖੂਨ ਦੀ ਕਮੀ, ਬੱਚਿਆਂ ਦੇ ਅੰਗਾਂ ਦਾ ਟੇਢਾ ਮੇਢਾ ਹੋਣਾ, ਸਕਰਬੀ ਆਦਿ ਰੋਗਾਂ ਦੇ ਵਿੱਚ ਲਾਭ ਮਿਲਦਾ ਹੈ। ਪੜ੍ਹਾਈ ਵਾਲੇ ਬੱਚਿਆਂ ਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਕਮਰੇ ਦੇ ਵਿੱਚ ਕੁਰਸੀ ਮੇਜ਼ ਦੀ ਵਿਵਸਥਾ ਪੂਰਵੀ ਦੀਵਾਰ ਦੇ ਨਾਲ ਮੱਧਿਆ ਪੂਰਵ ਤੋਂ ਥੋੜ੍ਹੀ ਜਿਹੀ ਉੱਪਰ ਤੱਕ ਕੀਤੀ ਜਾ ਸਕਦੀ ਹੈ। ਮਹਿਮਾਨਾਂ ਦੇ ਕਮਰੇ ਦੇ ਲਈ ਜਿਹੜਾ ਦਰਵਾਜ਼ਾ ਜਿਹੜਾ ਹੈ ਪੂਰਵ ਦਿਸ਼ਾ ਦੇ ਵਿੱਚ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ, ਉੱਤਰ ਦੇ ਵਿੱਚ ਵੀ ਇਹ ਦਰਵਾਜ਼ਾ ਕੀਤਾ ਜਾ ਸਕਦਾ ਹੈ। ਬੱਚੇ ਵਿਸ਼ੇਸ਼ ਕਰਕੇ ਜਿਹੜੇ ਟੀਨੇਜ਼ਰਸ ਨੇ ਉਹ ਬੱਚੇ ਇਸ ਕਮਰੇ 'ਚ ਨਹੀਂ ਰੱਖੇ ਜਾ ਸਕਦੇ। ਵਾਵਿਆ ਖੇਤਰ ਦੇ ਪ੍ਰਭਾਵ ਦੇ ਕਾਰਨ ਉਹ ਐਸੇ ਬਣ ਸਕਦੇ ਆ ਕਿ ਉਹਨਾਂ ਦਾ ਪੈਰ ਜਿਹੜਾ ਘਰ ਦੇ ਵਿੱਚ ਟਿਕੇ ਹੀ ਨਾ। ਵਿਆਹ ਯੋਗ ਉਮਰ ਦੀਆਂ ਕੁਆਰੀਆਂ ਕੰਨਿਆਵਾਂ ਨੂੰ ਇਹ ਰੂਮ ਦਿੱਤਾ ਜਾ ਸਕਦਾ ਹੈ। ਸੋ ਵਾਯੂ ਦੇ ਪ੍ਰਭਾਵ ਦੇ ਨਾਲ ਉਹਨਾਂ ਦਾ ਵਿਆਹ ਬਹੁਤ ਜਲਦੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪਿਆਰੇ ਦਰਸ਼ਕੋ, ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਜੇ ਤੁਸੀਂ ਨਵੇਂ ਘਰ ਦੇ ਵਿੱਚ ਗਏ ਹੋ ਉਸ 'ਚ ਜਾਣ ਤੋਂ ਬਾਅਦ ਤੁਹਾਡੀ ਲਾਈਫ 'ਚ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ, ਜਾਂ ਘਰ ਦੇ ਵਿੱਚ ਨਵਾਂ ਨਿਰਮਾਣ ਕੀਤਾ ਉਹ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਸਮੱਸਿਆ ਆ ਗਈਆਂ, ਤੁਹਾਡਾ ਧਨ ਨਹੀਂ ਟਿਕ ਰਿਹਾ, ਬਿਮਾਰੀਆਂ ਨਹੀਂ ਠਹਿਰ ਰਹੀਆਂ, ਤਾਂ ਇਹਦਾ ਮਤਲਬ ਸ਼ਿਓਰ ਹੈਗਾ ਕਿ ਤੁਹਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੈਗਾ। ਤੁਸੀਂ ਜਾਂ ਤਾਂ ਸਾਡਾ ਵਿਜ਼ਿਟ ਵੀ ਕਰਵਾ ਸਕਦੇ ਹੋ ਜਾਂ ਨਕਸ਼ਾ ਚੈੱਕ ਕਰਾਉਣ ਦੇ ਲਈ ਟਾਈਮ ਲੈ ਕੇ ਉਹਦੀ ਪ੍ਰੋਪਰ ਫੀਸ ਪੇ ਕਰਕੇ ਸਾਡੇ ਦਫ਼ਤਰ ਆ ਕੇ ਤੁਸੀਂ ਆਪਣਾ ਨਕਸ਼ਾ ਚੈੱਕ ਕਰਾ ਸਕਦੇ ਹੋ। ਬਿਨਾਂ ਤੋੜ ਫੋੜ ਤੋਂ ਅਸੀਂ ਤੁਹਾਨੂੰ ਛੋਟੇ ਛੋਟੇ ਆਸਾਨ ਉਪਾਅ ਦੱਸਾਂਗੇ ਵਾਸਤੂ ਦੇ, ਜਿਹਨੂੰ ਕਰਨ ਤੋਂ ਬਾਅਦ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਜਿਹੜਾ ਆਪਣੀ ਲਾਈਫ ਨੂੰ ਬਹੁਤ ਵਧੀਆ ਬਣਾ ਸਕਦੇ ਹੋ, ਕਿਉਂਕਿ ਗ੍ਰਹਿਆਂ ਦਾ ਤੇ ਵਾਸਤੂ ਦਾ ਬਹੁਤ ਜ਼ਿਆਦਾ ਤਾਲੁਕ ਹੈਗਾ। ਅਸੀਂ ਤਾਰੇ ਆਖਦੇ ਹਾਂ ਪ੍ਰੋਗਰਾਮ ਬਹੁਤ ਦੇਖਦੇ ਹਾਂ, ਇਹ ਪ੍ਰੋਗਰਾਮ ਬਹੁਤ ਹੀ ਅੱਛਾ ਤੇ ਵਧੀਆ ਹੈ। ਇਹਦੇ ਵਿੱਚ ਸੁਖਵਿੰਦਰ ਜੀ ਜੋ ਵੀ ਉੱਥੇ ਇਨਸਾਨ ਕੋਈ ਵੀ ਜਾਂਦਾ ਹੈ ਤੇ ਉਹਨਾਂ ਦੇ ਦੁੱਖ ਕਲੇਸ਼ ਸਾਰੇ ਦੂਰ ਕਰਦੇ ਹਨ, ਅਤੇ ਇਹ ਪ੍ਰੋਗਰਾਮ ਇਤਨਾ ਵਧੀਆ ਹੈ ਕਿ ਇਸਨੂੰ ਦੇਖਣ ਤੇ ਦਿਲ ਕਰਦਾ ਹੈ ਔਰ ਛੋੜਨ ਤੇ ਦਿਲ ਨਹੀਂ ਕਰਦਾ। ਮੇਰਾ ਨਾਮ ਪਰਮਜੀਤ ਕੌਰ ਹੈ, ਮੈਂ ਪਰਮਸਿੰਦਰ ਜੀ ਦਾ ਇਹ ਪ੍ਰੋਗਰਾਮ ਦੇਖਦੀ ਹਾਂ ਅਤੇ ਉਹਨਾਂ ਦੇ ਦੱਸੇ ਹੋਏ ਟੋਟਕੇ ਜਿਹੜੇ ਕਿ ਘਰ ਦੇ ਵਿੱਚ ਸਾਨੂੰ ਕਾਫੀ ਫਰਕ ਪਿਆ ਹੈ ਅਤੇ ਸਾਡੇ ਘਰ ਵਿੱਚ ਦੁੱਖ ਕਲੇਸ਼ ਗ੍ਰਹਿ ਕਾਫੀ ਹੱਦ ਤੱਕ ਠੀਕ ਹੋਇਆ ਅਤੇ ਮੇਰੇ ਬੱਚੇ ਵੀ ਬਿਮਾਰ ਰਹਿੰਦੇ ਸੀਗੇ ਅਤੇ ਮੇਰੇ ਬੱਚੇ ਵੀ ਹੁਣ ਠੀਕ ਹੋ ਗਏ ਨੇ, ਪੜ੍ਹਾਈ ਲਈ ਵੀ ਉਹਨਾਂ ਦਾ ਪੜ੍ਹਾਈ ਦੇ ਬਹੁਤ ਵਧੀਆ ਪੜ੍ਹ ਰਹੇ ਨੇ। ਮੈਂ ਸੁਖਵਿੰਦਰ ਜੀ ਦਾ ਰੋਜ਼ ਪ੍ਰੋਗਰਾਮ ਦੇਖਦਾ ਹਾਂ ਔਰ ਜੋ ਵੀ ਉਪਾਅ ਬਤਾਤੇ ਹੈ जो इच्छा अनुसार करेगा उसे सफलता जरूर मिलती है, मुझे भी काफ़ी लाभदायक मिला है, मैंने भी इनकी बातों पर ध्यान दिया है। बारामुखी रुद्राक्ष की गल करते हैं, महाविष्णु जी के स्वरूप वाला है,
12 सूरज इहदे देवता ने इहनूं धारण करन दे नाल किसे भी हथियार वाले या किसी भी बीमारी आदि का डर नहीं सानूं सतांदा। इहदा धारण करता जिहड़ा बीमारियों तो दूर होके राजा बनने दे योग हो जाता है। शासन की इच्छा करने वाले मनुष्य इहनूं धारण करके वड्डा लाभ ते यश प्राप्त कर सकते ने। रुद्राक्ष बहुत वड्डी पावर है, बहुत वड्डी शक्ति है। जे तुसीं रुद्राक्ष नूं पाउंदे हो तां तुहाडा ब्लड प्रैशर कंट्रोल हुंदा है, तुहाडी लाइफ दे विच बहुत सारियां बीमारियां जिहड़ियां बाहर निकलदियां हैं, तुहानूं कंसंट्रेशन बनती है लाइफ दे विच, बहुत पावर दिंदा है। खास तौर पर जिहड़े स्टूडेंट्स ने उहनां नूं पढ़ाई दे विच तां बहुत ही ज़्यादा मदद दिंदा है। वैसे भी असीं एक विशेष तौर पर निर्मित करवाने हैं बच्चों के लिए, सिर्फ 550 का एक रुद्राक्ष कवच है। जिहड़े बच्चे पढ़ाई सही नहीं है, जिन्हां दी कंसंट्रेशन नहीं बनती, ਉਹਨਾਂ ਦੇ ਮਾਂ ਪਿਓ ਨੂੰ ਜ਼ਰੂਰ ਚਾਹੀਦਾ ਕਿ ਇਸ ਰੁਦਰਾਕਸ਼ ਨੂੰ ਲੈ ਕੇ ਉਹਨਾਂ ਨੂੰ ਜ਼ਰੂਰ ਪਵਾ ਲੈਣ। ਕਿਸੇ ਵੀ ਸ਼ੁਭ ਤਾਰੀਖ ਤੇ ਵਾਰ ਵਾਲੇ ਦਿਨ ਤੁਸੀਂ ਜੇ ਜੇਸ਼ਟਾ ਨਕਸ਼ਤਰ ਹੋਵੇ ਤਾਂ ਜਾਮਨ ਦੀ ਜੜ ਲਿਆ ਕੇ ਉਹਨੂੰ ਆਪਣੇ ਕੋਲ ਰੱਖੋ, ਧੂਪ ਬੱਤੀ ਕਰੋ, ਉਹਦੇ ਨਾਲ ਮਾਨ ਸਨਮਾਨ ਤੇ ਰਾਜ ਸਨਮਾਨ ਤੁਹਾਨੂੰ ਜ਼ਰੂਰ ਮਿਲ ਸਕਦਾ, ਲੇਕਿਨ ਜਾਮਨ ਦੀ ਜੜ ਕੱਢਣ ਦੇ ਲਈ ਪੂਰਾ ਦਰਖਤ ਨਾ ਕਿਤੇ ਉਖਾੜ ਦਿਓ। ਸਿੰਘ ਲਗਨ ਦੇ ਵਿੱਚ ਸ਼ਨੀ 6ਵੇਂ ਤੇ 8ਵੇਂ ਭਾਵ ਦਾ 7ਵੇਂ ਭਾਵ ਦਾ ਸਵਾਮੀ ਹੁੰਦਾ ਹੈ। ਇਹ ਦੋਨੇ ਭਾਵ ਵੀ ਅਸ਼ੁਭ ਮੰਨੇ ਗਏ। ਨਾਲ ਹੀ ਨਾਲ ਜਿਹੜਾ ਸ਼ਨੀ ਸਿੰਘ ਲਗਨ ਦੇ ਸਵਾਮੀ ਸੂਰਜ ਦਾ ਸ਼ਤਰੂ ਵੀ ਹੈ, ਇਸ ਲਈ ਇਸ ਲਗਨ ਦੇ ਵਿਅਕਤੀਆਂ ਨੂੰ ਨੀਲਮ ਬਿਲਕੁਲ ਨਹੀਂ ਪਾਉਣਾ ਚਾਹੀਦਾ। ਕੰਨਿਆ ਲਗਨ ਦੇ ਵਿੱਚ ਸ਼ਨੀ 5ਵੇਂ ਤੇ 6ਵੇਂ ਭਾਵ ਦਾ ਸਵਾਮੀ ਹੁੰਦਾ ਹੈ। ਪੰਚਮ ਤ੍ਰਿਕੋਣ ਦਾ ਸਵਾਮੀ ਹੋਣ ਦੇ ਕਾਰਨ ਸ਼ਨੀ ਨੂੰ ਇਸ ਲਗਨ ਦੇ ਲਈ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ। ਇਸ ਲਈ ਸ਼ਨੀ ਦੀ ਮਹਾਦਸ਼ਾ ਦੇ ਵਿੱਚ ਕੰਨਿਆ ਲਗਨ ਵਾਲੇ ਜਾਤਕ ਨੀਲਮ ਪਾਉਣ ਤਾਂ ਉਹਨਾਂ ਨੂੰ ਲਾਭ ਹੋ ਸਕਦਾ ਹੈ। ਤੁਲਾ ਲਗਨ ਦੇ ਵਿੱਚ ਸ਼ਨੀ 4ਵੇਂ ਤੇ 5ਵੇਂ ਭਾਵ ਦਾ ਸਵਾਮੀ ਹੁੰਦਾ ਹੈ। ਨਾਲ ਹੀ ਨਾਲ ਤੁਲਾ ਲਗਨ ਦੇ ਸਵਾਮੀ ਸ਼ੁੱਕਰ ਤੇ ਸ਼ਨੀ ਦੇ ਵਿੱਚ ਮਿੱਤਰਤਾ ਹੈ, ਇਸ ਲਈ ਇਸ ਲਗਨ ਦੇ ਵਿਅਕਤੀ ਨੀਲਮ ਧਾਰਨ ਕਰਦੇ ਤਾਂ ਉਹਨਾਂ ਨੂੰ ਚਾਰੋਂ ਪਾਸੇ ਲਾਭ ਹੋ ਸਕਦਾ ਹੈ। ਸ਼ਨੀ ਦੀ ਮਹਾਦਸ਼ਾ ਦੇ ਵਿੱਚ ਨੀਲਮ ਧਾਰਨ ਕਰਨਾ ਪਰਮ ਲਾਭਕਾਰੀ ਹੁੰਦਾ ਹੈ, ਲੇਕਿਨ ਜੇ ਇਹਨੂੰ ਅਸੀਂ ਹੀਰੇ ਜਾਂ ਪੰਨੇ ਦੇ ਨਾਲ ਧਾਰਨ ਕਰਦੇ ਹਾਂ ਤਾਂ ਵਿਸ਼ੇਸ਼ ਲਾਭ ਹੋਵੇਗਾ। ਵਰਿਸ਼ਚਿਕ ਲਗਨ ਦੇ ਵਿੱਚ ਸ਼ਨੀ 3ਵੇਂ ਤੇ 4ਵੇਂ ਭਾਵ ਦਾ ਸਵਾਮੀ ਹੁੰਦਾ ਹੈ। ਹਾਲਾਂਕਿ ਇਸ ਲਗਨ ਦਾ ਸਵਾਮੀ ਮੰਗਲ ਹੈ ਤੇ ਮੰਗਲ ਤਾਂ ਸ਼ਨੀ ਦੇ ਵਿੱਚ ਦੁਸ਼ਮਣੀ ਹੈਗੀ ਹੈ, ਇਸ ਲਈ ਜੇ ਐਸੇ ਜਾਤਕ ਨੀਲਮ ਨਾ ਧਾਰਨ ਕਰਨ ਤਾਂ ਜ਼ਿਆਦਾ ਵਧੀਆ ਰਹਿ ਸਕਦਾ ਹੈ। ਨੀਲਮ ਜਿੱਦਾਂ ਅਸੀਂ ਰੋਜ਼ ਦੱਸਦੇ ਹਾਂ ਇੱਦਾਂ ਦਾ ਸਟੋਨ ਹੈ ਜਿਹੜਾ ਇਨਸਾਨ ਨੂੰ ਜ਼ਮੀਨ ਤੋਂ ਅਸਮਾਨ ਤੇ ਚੜਾ ਦਿੰਦਾ ਹੈ, ਬਹੁਤ ਸਾਰਾ ਧਨ ਦਿੰਦਾ, ਬਹੁਤ ਸਾਰੀ ਸਫਲਤਾ ਦਿੰਦਾ। ਸ਼ਰਤ ਇਹੀ ਹੈ ਕਿ ਨੀਲਮ ਇਨਸਾਨ ਨੂੰ ਸੂਟ ਕਰਨਾ ਚਾਹੀਦਾ ਹੈ। ਸੋ ਨੀਲਮ ਟੈਸਟ ਕਰਨ ਦੇ ਲਈ ਤੁਸੀਂ ਵਿਸ਼ੇਸ਼ ਤੌਰ ਤੇ ਸਾਡੇ ਤੋਂ ਟਾਈਮ ਵੀ ਲੈ ਸਕਦੇ ਹੋ ਤੇ ਨੀਲਮ ਉਦੋਂ ਬਾਅਦ ਸਰਟੀਫਾਈਡ ਓਰੀਜਨਲ ਲੈਬ ਟੈਸਟਿੰਗ ਰਿਪੋਰਟ ਦੇ ਨਾਲ ਤੁਸੀਂ ਸਾਡੇ ਤੋਂ ਹਾਸਲ ਕਰ ਸਕਦੇ ਹੋ। ਜਿਹੜੇ ਲੋਕ ਨੀਲਮ ਨਹੀਂ ਪਾ ਸਕਦੇ ਉਹਦਾ ਉਪਰਤਨ ਤੁਸੀਂ ਸਿਰਫ 700 ਰੁਪਏ ਸਾਡੇ ਤੋਂ ਲੈ ਸਕਦੇ ਹੋ, ਲੇਕਿਨ ਖਿਆਲ ਰੱਖੋ ਕਿ ਬਹੁਤ ਸਸਤਾ ਨਗ ਲੈਣ ਦੇ ਚੱਕਰ ਦੇ ਵਿੱਚ ਕਿਤੇ ਨਕਲੀ ਨਗ ਨਾ ਲੈ ਲਈਓ। ਜਿਹੜਾ 1 ਜਾਂ 2 ਰੁਪਏ ਦਾ ਨਗ ਹੁੰਦਾ ਤੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਉਹਦੀ ਅੰਗੂਠੀ 250, 300, 400 ਤੱਕ ਮਿਲਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਬਹੁਤ ਹੀ ਸਸਤਾ ਮਿਲ ਗਿਆ। ਮੇਸ਼ ਸ਼ਨੀ ਕੇ ਏਰੀਸ ਰਾਸ਼ੀ ਵਾਲਿਆਂ ਦੇ ਘਰੇ ਅੱਜ ਅਚਾਨਕ ਮਹਿਮਾਨ ਆ ਸਕਦੇ ਹੈ। ਵਰਿਸ਼ ਸ਼ਨੀ ਕੇ ਟੌਰਸ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਬਹੁਤ ਵਧੀਆ, ਕਿਸਮਤ ਤੋਂ ਜੋ ਚਾਹੋਗੇ ਮਿਲ ਸਕਦਾ ਹੈ। ਮਿੱਥੋਂ ਯਾਨੀ ਕਿ ਜੈਮਨੀ ਰਾਸ਼ੀ ਵਾਲੇ ਅੱਜ ਵਪਾਰ ਨੂੰ ਅੱਗੇ ਵਧਾਉਣ ਦੇ ਤੁਹਾਡੇ ਚਾਂਸਸ ਬਣ ਸਕਦੇ ਨੇ। ਕਰਕੇ ਨਹੀਂ ਕੈਂਸਰ ਰਾਸ਼ੀ ਵਾਲਿਆਂ ਦੇ ਲਈ ਭੱਜ ਦੌੜ ਭਰਿਆ ਦੇਣਾ, ਫਿਰ ਵੀ ਰੱਬ ਤੋਂ ਜੋ ਮੰਗੋਗੇ ਮਿਲ ਸਕਦਾ ਹੈ। ਸਿੰਘ ਯਾਨੀ ਕਿ ਲੀਓ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਵਿਦੇਸ਼ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਤੁਹਾਨੂੰ ਅੱਛੇ ਰਿਜ਼ਲਟਸ ਮਿਲ ਸਕਦੇ ਆ। ਕੰਨਿਆ ਯਾਨੀ ਵਰਗੋ ਰਾਸ਼ੀ ਵਾਲੇ ਸਮਾਜ ਦੇ ਸਤਰ ਤੇ ਕਾਫੀ ਉਚਾਈਆਂ ਨੂੰ ਛੂ ਸਕਦੇ ਆ। ਤੁਲਾ ਯਾਨੀ ਲਿਬਰਾ ਰਾਸ਼ੀ ਵਾਲੇ ਅੱਜ ਜਿਹੜਾ ਹੈ ਜਿਸ ਕੰਮ ਨੂੰ ਵੀ ਹੱਥ ਪਾਓਗੇ ਨਬੇੜ ਕੇ ਹੀ ਛੱਡੋਗੇ। ਵਰਿਸ਼ਚਿਕ ਯਾਨੀ ਕਿ ਸਕਾਰਪੀਓ ਰਾਸ਼ੀ ਵਾਲੇ ਨਸ਼ਿਆਂ ਤੋਂ ਪਰਹੇਜ਼ ਕਰਨ ਕਿਉਂਕਿ ਅੱਜ ਤੁਹਾਡੇ ਸੱਟ ਲੱਗਣ ਦੇ ਡਰ ਹੋ ਸਕਦੇ ਆ। ਤੁਹਾਨੂੰ ਯਾਨੀ ਕਿ ਸੈਜੀਟੇਰੀਅਸ ਰਾਸ਼ੀ ਵਾਲੇ ਝੂਠੀ ਗਵਾਹੀ ਬਿਲਕੁਲ ਨਾ ਦੇਣ, ਨਹੀਂ ਤਾਂ ਅੱਜ ਕਾਨੂੰਨ ਦੇ ਸ਼ਿਕੰਜੇ ਆ ਜਾਓਗੇ। ਮਕਰ ਯਾਨੀ ਕਿ ਕੈਪਰੀਕੋਨ ਰਾਸ਼ੀ ਵਾਲੇ ਨਵਾਂ ਵਾਹਨ ਖਰੀਦਣ ਦੇ ਲਈ ਵਧੀਆ ਯੋਗ ਬਣ ਸਕਦੇ ਆ। ਕੁੰਭ ਯਾਨੀ ਐਕਵੇਰੀਅਸ ਰਾਸ਼ੀ ਵਾਲੇ ਆਪਣੇ ਬੌਸ ਤੋਂ ਚੰਗੀ ਸ਼ਾਬਾਸ਼ ਤੁਹਾਨੂੰ ਮਿਲ ਸਕਦੀ ਹੈ। ਆਖਿਰ ਦੇ ਵਿੱਚ ਮੀਨ ਯਾਨੀ ਕਿ ਪਾਈਸਿਸ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈ ਤੁਹਾਨੂੰ ਸੁਪਨੇ ਸਾਕਾਰ ਕਰਨ ਦੇ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਵਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੁਹਾਡੇ ਤੋਂ ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਰਤਨ ਰੁਦਰਾਕਸ਼ ਤੁਹਾਡੇ ਤੋਂ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਤੇ ਵਾਸਤੂ ਦੇ ਲਈ ਤੁਹਾਡੇ ਤੋਂ ਨਕਸ਼ਾ ਵੀ ਬਣਵਾਉਣਾ ਚਾਹੁੰਦੇ ਹਾਂ। ਸੋ ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਟਾਈਮ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਸ਼ੀ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 94-170-2533 ਤੇ 98-726-2533। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਰੋਜ਼ ਜਿਹੜਾ ਫੇਸਬੁੱਕ ਦੇ ਉੱਤੇ ਤੇ ਯੂਟਿਊਬ ਦੇ ਉੱਤੇ ਵੀ ਦੇਖ ਸਕਦੇ ਹੋ। ਕੱਲ੍ਹ ਫਿਰ ਮਿਲਾਂਗੇ, ਕੱਲ੍ਹ ਤੱਕ ਲਈ ਨਮਸਕਾਰ।